ਸਰ ਹਾਂਜੀ ਬਾਈ ਬੋਇਸ ਹੋਸਟਲ ਕਿੱਧਰ ਹੈ ਜੀ ਇੱਧਰ ਸਾਹਮਣੇ ਆ ਥੈਂਕਸ ਸਰ ਕੌਣ ਹੈ ਬਾਈ ਮੈਂ ਹਾਂ ਬਾਈ ਵਿਕਰਮ ਮੈਨੂੰ ਇਹ ਰੂਮ ਅਲਾਟ ਹੋਇਆ ਆਜਾ ਆਜਾ ਪਤੰਦਰਾ ਤੂੰ ਤਾਂ ਡਰਾਈ ਦਿੱਤਾ ਸੀ ਉਹ ਬਹਿ ਜਾ ਪਤੰਦਰਾ ਇੱਧਰ ਉੱਧਰ ਕੀ ਦੇਖੀ ਜਾਂਦਾ ਆਪਦਾ ਹੀ ਰੂਮ ਸਮਝ ਕਿੱਥੋਂ ਆਇਆ ਜੈਤੋ ਤੋਂ ਆ ਬਾਈ ਆ ਵੀ ਜੈਤੋ ਤੋਂ ਹੀ ਆ ਹਾਂਜੀ ਪੜ੍ਹਨ ਆਇਆ ਹਾਂਜੀ ਬਾਈ ਆ ਵੀ ਪੜ੍ਹਨ ਆਇਆ ਸੀ ਆ ਦੇਖ ਲੈ ਕਰੀ ਜਾਂਦਾ ਡਿਗਰੀਆਂ ਆਪਣੀ ਆਪਣੀ ਸੋਚ ਹੈ ਬਾਈ ਮੈਂ ਤਾਂ ਵਾਕਈ ਪੜ੍ਹਨ ਆਇਆ ਬੜੀਆਂ ਜ਼ਿੰਮੇਵਾਰੀਆਂ ਨੇ ਮੇਰੇ 'ਤੇ ਜੀ ਜ਼ਿੰਮੇਵਾਰੀਆਂ ਤਾਂ ਬਾਈ ਸਾਰਿਆਂ 'ਤੇ ਹੁੰਦੀਆਂ ਨੇ ਆ ਚੱਕ ਪਾਵਰ ਟੋਨਿਕ ਸਾਰੀਆਂ ਜ਼ਿੰਮੇਵਾਰੀਆਂ ਖਤਮ ਕਰ ਦਿਓ ਬਸ ਬਾਈ ਥੈਂਕਸ ਮੈਂ ਕਿਤੇ ਪੀਤੀ ਨਹੀਂ ਅਸੀਂ ਕਿਹੜਾ ਜੰਮਦੀ ਪੀਣ ਲੱਗ ਗਏ ਸੀ ਲਾ ਲੈ ਕਦੇ ਤਾਂ ਸ਼ੁਰੂ ਕਰੇਂਗਾ ਹੀ ਅੱਜ ਤੋਂ ਸ਼ੁਰੂ ਕਰ ਲੈ ਥੈਂਕ ਯੂ ਬਾਈ ਲੈ ਲਾ ਲਾ ਥੈਂਕ ਯੂ ਬਾਈ ਮੈਂ ਮਾੜਾ ਜਿਹਾ ਲਾਇਬ੍ਰੇਰੀ ਜਾ ਕੇ ਆਉਣਾ ਮਿਲਦੇ ਫਿਰ ਆਪਾਂ ਬਾਈ ਚੰਗਾ ਓਏ ਤੂੰ ਤਾਂ ਲਾ ਲੈ ਪਤੰਦਰਾ ਤੂੰ ਕਿਹੜਾ ਜ਼ਿੰਮੇਵਾਰੀਆਂ ਚੱਕਣੀਆਂ ਨੇ ਓ ਬਾਈ ਪਹਿਲੀ ਤਾਂ ਬਣ ਲੈਣ ਦੇ ਐਕਸਕਿਊਜ਼ ਮੀ ਸਰ ਸਰ ਮੈਂ ਕੱਲ੍ਹ ਹੀ ਐਡਮਿਸ਼ਨ ਲਈ ਹੈ ਜੀ ਓਕੇ ਤਿੰਨ ਨੰਬਰ ਹੋਸਟਲ ਸਰ 207 ਨੰਬਰ ਰੂਮ ਅਲਾਟ ਹੋਇਆ ਮੈਨੂੰ ਮੇਰਾ ਰੂਮ ਚੇਂਜ ਹੋ ਸਕਦਾ ਸਰ ਐਨੀ ਪ੍ਰੋਬਲਮ ਪ੍ਰੋਬਲਮ ਤਾਂ ਕੋਈ ਨਹੀਂ ਸਰ ਬਟ ਦੇਖੋ ਪ੍ਰੋਬਲਮਸ ਤਾਂ ਹੁੰਦੀਆਂ ਨੇ ਤੁਸੀਂ ਬੱਚੇ ਇੱਕ ਦੋ ਮਹੀਨੇ ਸਾਰੋ ਨੈਕਸਟ ਸੈਸ਼ਨ ਦੇ ਵਿੱਚ ਤੁਹਾਨੂੰ ਐਡਜਸਟਮੈਂਟ ਕਰਵਾ ਦਾਂਗੇ ਫਿਲਹਾਲ ਇਸ ਟਾਈਮ ਤਾਂ ਕੋਈ ਰੂਮ ਅਵੇਲੇਬਲ ਨਹੀਂ ਹੈ ਅਗਰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਬਾਹਰ ਪੀ ਜੀ ਲੈ ਸਕਦੇ ਹੋ ਪੀ ਜੀ ਤਾਂ ਸਰ ਮੈਂ ਅਫੋਰਡ ਨਹੀਂ ਕਰ ਸਕਦਾ ਜੇ ਰੂਮ ਤਾਂ ਹੀ ਕਰ ਦਿੰਦੇ ਸਰ ਪਲੀਜ਼ ਨਹੀਂ ਨਹੀਂ
ਜੇ ਪੀਜੀ ਨਹੀਂ ਲੈ ਸਕਦੇ ਤਾਂ ਪਲੀਜ਼ ਐਡਜਸਟ ਹੋਣਾ ਸਿੱਖੋ, ਠੀਕ ਹੈ? ਠੀਕ ਹੈ। ਉਹ ਵਿੱਕੀ, ਉਹ ਬਾਹਰ ਖੜਾ ਕੀ ਕਰਦਾ? ਅੰਦਰ ਆਇਆ ਯਾਰ, ਮੂਡ ਬਣਾਉਂਦੇ ਆ। ਨਹੀਂ ਬਾਈ, ਮੈਂ ਬਾਹਰ ਹੀ ਠੀਕ ਹਾਂ, ਨਾਲੇ ਅੰਦਰ ਯਾਰ ਮੈਨੂੰ ਕੁਟੰਜੀ ਹੋਈ ਜਾਂਦੀ ਆ। ਉਹ ਯਾਰ, ਲੈ ਇਹਦੇ ਲਾ ਦੋ ਪੈਗ, ਤੈਨੂੰ ਆਹੀ ਕਮਰਾ ਜੰਨਤ ਲੱਗਣ ਲੱਗ ਜੂ। ਲੈ ਪੀ। ਰਹਿਣ ਦੇ ਬਾਈ, ਨਾਲੇ ਜਿਹੜੀ ਜੰਨਤ ਦੀ ਤੁਸੀਂ ਗੱਲ ਕਰਦੇ ਹੋ ਨਾ, ਇਸੇ ਜੰਨਤ ਨੇ ਇੱਕ ਦਿਨ ਤੁਹਾਡੀ ਜ਼ਿੰਦਗੀ ਨਰਕ ਨਾਲੋਂ ਭੈੜੀ ਕਰ ਦੇਣੀ ਆ। ਓ ਆ ਜਾ ਬਾਬੇ, ਓਏ ਅਸੀਂ ਕਿਹੜਾ ਤੈਨੂੰ ਧੱਕੇ ਨਾਲ ਪਿਆ ਆਉਣ ਲੱਗੇ ਆ। ਉਹ ਗੱਲ ਨਹੀਂ ਬਾਈ, ਮੈਂ ਪੀਤੀ ਨਹੀਂ ਨਾ ਕਦੇ ਪਹਿਲਾਂ। ਓਏ ਲਾਲਾ, ਬਾਬੇ ਲਾਲਾ, ਓਏ ਅਸੀਂ ਕਿਹੜਾ ਪੀਂਦੇ ਸੀ ਤੇ ਹੁਣ ਕੁਝ ਛੱਡਦੇ ਨਹੀਂ। ਲੈ ਲਾ ਦੋ। ਨਹੀਂ ਬਾਈ, ਨਹੀਂ ਬਾਈ, ਲਾ ਬਾਬੇ ਮੈਂ ਇੱਦਾਂ ਹੀ ਠੀਕ ਹਾਂ। ਲਾ ਯਾਰ ਮੈਂ ਚੱਲਦਾ ਯਾਰ, ਮੈਂ ਐਗਜ਼ਾਮ ਦੀ ਤਿਆਰੀ ਕਰ ਲਾ। ਯਾਰ ਲਾਂਦਾ ਨਹੀਂ ਯਾਰ, ਲੱਗਦਾ ਇਹਨੇ ਆਪਣੇ ਐ ਨੀ ਉਡੀਕੇ ਜਾਣਾ। ਉਹ ਕੋਈ ਗੱਲ ਨੀ, ਹੌਲੀ ਹੌਲੀ ਆਜੂ ਹਿਸਾਬ ਚ।
ਕੀ ਗੱਲ ਵਿੱਕੀ, ਕੀ ਸੋਚ ਰਿਹਾ? ਕੁਛ ਨੀ ਬਾਈ ਯਾਰ, ਸਵੇਰੇ ਰਿਜ਼ਲਟ ਆ ਨਾ, ਉਹਦੇ ਬਾਰੇ ਸੋਚਦਾ ਸੀ। ਟੈਨਸ਼ਨ ਰਿਜ਼ਲਟ ਬਾਰੇ ਸੋਚ ਰਿਹਾ? ਉਹ ਮੇਰੀ ਗੱਲ ਸੁਣ, ਇਹ 'ਚ ਘਬਰਾਉਣ ਵਾਲੀ ਕਿਹੜੀ ਗੱਲ ਆ? ਨਾ ਬਾਈ, ਸਾਲ ਦੀ ਮਿਹਨਤ ਆ, ਟੈਨਸ਼ਨ ਤਾਂ ਬਾਈ ਹੋ ਹੀ ਜਾਂਦੀ ਆ। ਜੇ ਘਬਰਾਹਟ ਨੂੰ ਦੂਰ ਕਰਨਾ ਤਾਂ ਆ ਚੱਕ ਪਾਵਰ ਟੋਨਿਕ। ਨਾ ਬਾਈ, ਤੁਹਾਨੂੰ ਪਤਾ ਮੈਂ ਪੀਂਦਾ ਨਹੀਂ, ਕਿੰਨੀ ਵਾਰ ਤਾਂ ਕਿਹਾ ਤੁਹਾਨੂੰ ਯਾਰ। ਉਹ ਪੀਲਾ ਪੀਲਾ, ਉਹ ਵਿੱਕੀ ਤੂੰ ਵੀ ਯਾਰ ਜਵਾਕ ਵਾਲੀਆਂ ਗੱਲਾਂ ਕਰਦਾ। ਲੈ ਬਾਬੇ ਫੜ, ਲੈ ਲੈ ਉਹ ਲਾ ਲੈ ਯਾਰ। ਆਪਾਂ ਰੂਮ ਦੇ ਵਿੱਚ ਤਿੰਨ ਤਾਂ ਬੰਦੇ ਆ, ਆਪਾਂ ਕਿਹੜਾ ਕਿਸੇ ਨੂੰ ਬਾਹਰ ਦੱਸਣਾ? ਵੱਡੇ ਮਹਾਰਾਜ ਦੀ ਸਹੁੰ ਲੱਗੇ ਜੇ ਕਿਸੇ ਨੂੰ ਦੱਸੀ। ਲਾ ਨਾ ਬਾਈ ਯਾਰ, ਉਹ ਲਾ ਲੈ। ਮੈਂ ਨਹੀਂ ਪੀਂਦਾ ਯਾਰ ਬਾਈ, ਤੁਹਾਨੂੰ ਪਤਾ ਤਾਂ ਹੈ। ਉਹ ਇਹਦੇ ਨਾਲ ਕਿਹੜਾ ਕੁਛ ਹੋਣ ਲੱਗਿਆ, ਲੈ ਲਾ ਇਹ। ਨਾ ਬਾਈ ਕੋਈ ਪੰਗਾ, ਉਹ ਨਹੀਂ ਪੈਂਦਾ ਪੰਗਾ। ਲਾ 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 ਚੱਕ ਦੇ ਪੱਟੇ ਯਾਰ, ਫੇਰ ਉਹੀ ਗੱਲ। ਉਹ ਲਾ ਲਾ ਵਿੱਕੀ ਯਾਰ, ਲਾ 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 ਲਾ, ਸੱਚੀ ਗੱਲ ਆ, ਟੈਨਸ਼ਨ ਦੂਰ ਹੋ ਜਾਣੀ ਆ। ਉਹ ਲਾ ਲਾ ਪਤੰਦਰਾ, ਇੰਨਾ ਟਾਈਮ ਹੈ ਮੈਂ ਇਹਨਾਂ ਨੂੰ ਤਿੰਨ ਪੀ ਜਾਂਦਾ, ਹੈ ਇੱਕ ਦੇ ਜਿਹੜਿਆ ਫਿਰਦਾ। ਖਿੱਚ ਦੇ ਖਿੱਚ 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 ਦੇ। ਉਹ ਲਾ ਲਾ ਯਾਰ ਬਾਬੇ, ਉਹ ਲਾ ਲਾ ਵਿੱਕੀ ਯਾਰ, ਕਿਹੜੀ ਗੱਲ ਹੁੰਦੀ, ਕੁਛ ਨੀ ਫਰਕ ਪੈਂਦਾ ਯਾਰ। ਫੱਟੇ ਬਾਈ ਖਿੱਚ ਖਿੱਚ ਵਿੱਕੀ। ਉਹ ਯਾਰ, ਉਹ ਲਾ ਯਾਰ, ਪਹਿਲੀ ਵਾਰ ਕੌੜੀ ਲੱਗੂ ਮਾਂ ਦੀ ਸੌਂ, ਤੂੰ ਬਾਅਦ ਤਾਂ ਨਜ਼ਾਰਾ ਆਜੂਗਾ। ਖਿੱਚ ਦੇ ਸੌਂ ਲੱਗੇ ਮਾਂ ਦੀ ਤੈਨੂੰ। ਲਾ ਲਾ ਮੂੰਹ ਨੂੰ। ਭੈਣ ਜੀ ਘਰੇ ਹੀ ਹੋ? ਹਾਂਜੀ ਭੈਣ ਜੀ, ਲੰਘਿਓ ਆ ਜਾਓ, ਘਰ ਹੀ ਆ। ਮੇਰਾ ਸੂਟ ਸਿਉਂਤਾ ਤੁਸੀਂ? ਹਾਂਜੀ ਭੈਣ ਜੀ, ਸੀਤਾ ਪਿਆ ਤੁਹਾਡਾ ਸੂਟ। ਸ਼ੁਕਰ ਹੈ, ਹੁਣੇ ਲੈ ਕੇ ਆਈ। ਸ਼ੁਕਰ ਹੈ, ਮੈਂ ਤਾਂ ਕੱਲ ਵਾਂਢੇ ਜਾਣਾ ਸੀ ਵਿਆਹ ਤੇ, ਮੈਨੂੰ ਤਾਂ ਫਿਕਰ ਲੱਗੀ ਪਈ ਸੀ ਸੂਟ। ਮੈਂ ਲੈ ਕੇ ਆਈ ਹੁਣੇ। ਆਲੋ ਭੈਣ ਜੀ, ਤੁਹਾਡਾ ਸੂਟ। ਆ ਉਂਗਲੀ ਨੂੰ ਕੀ ਕੀਤਾ, ਪੱਟੀ ਬੰਨੀ ਫਿਰਦੇ ਆ। ਕੀ ਦੱਸਾਂ ਭੈਣ ਜੀ, ਤੁਹਾਡਾ ਸੂਟ ਸੀਂਦੀ ਸੀ, ਅੱਖ ਲੱਗ ਗਈ ਪਤਾ ਹੀ ਨਹੀਂ ਲੱਗਿਆ, ਸੂਈ ਲੰਘ ਗਈ ਵਿੱਚ ਦੀ। ਦੱਸ, ਬਾਲਾ ਨਾ ਖੱਪਿਆ ਕਰ, ਆਪਣਾ ਖਿਆਲ ਰੱਖਿਆ ਕਰ, ਆ ਫੜ ਪੈਸੇ। ਆ ਫੜ ਪੁੱਤ ਪੈਸੇ, ਜਿਹੜੀ ਕਿਤਾਬ ਲਿਆਉਣੀ ਹੈ ਲੈ ਆਈ। ਨਾ ਬਾਈ, ਮੈਂ ਨਹੀਂ ਪੀਂਦਾ। ਸ਼ੁਕਰ ਹੈ ਦਾਦੇ। ਯੈਸ, ਲਓ ਵੀ ਵੀਰੋ, ਕਰੋ ਮੂੰਹ ਮਿੱਠਾ, ਭਰਾ ਤੁਹਾਡਾ 85% ਨੰਬਰ ਲੈ ਕੇ ਪਾਸ ਹੋਇਆ। ਉਹ ਬੱਲੇ, ਚੱਕੋ। ਪਾਸ ਤਾਂ ਤੂੰ ਹੋ ਗਿਆ ਬਾਬੇ, ਹੁਣ ਅੱਗੇ ਦਾ ਕੀ ਪਲੈਨ ਹੈ? ਪਲੈਨ ਕਾਹਦਾ ਬਾਈ, ਵਧੀਆ ਹੀ ਨੌਕਰੀ ਕਰਾਂਗੇ, ਹੋਰ ਕੀ। ਨੌਕਰੀ ਯਾਰ, ਹੱਸਣ ਵਾਲੀ ਕਿਹੜੀ ਗੱਲ ਹੈ? ਨੌਕਰੀ ਭਾਲਦਾ ਪਤੰਦਰ,
ਬਾਈ ਰਾਮ ਰਾਮ ਕਰ, ਰਾਮ ਰਾਮ। ਇਹੋ ਜਿਹੀ ਗੱਲ ਨਹੀਂ ਬਾਈ, ਜੇ ਇਰਾਦਿਆਂ ਦੀ ਤਾਕਤ ਹੋਵੇ ਨਾ ਸਭ ਕੁਛ ਹੋ ਜਾਂਦਾ। ਨਾਲੇ ਜਿਹਨੇ ਠੋਕਰ ਲੱਗਣ ਦੇ ਡਰ ਤੋਂ ਤੁਰਨਾ ਹੀ ਨਹੀਂ ਉਹਨੇ ਮੰਜ਼ਿਲ 'ਤੇ ਸਵਾਹ ਪਹੁੰਚਣਾ। ਨਾਲੇ ਮੈਂ ਤਾਂ ਯਾਰ ਤੁਹਾਨੂੰ ਵੀ ਇਹੀ ਕਹਿਣਾ, ਉਹ ਛੱਡੋ ਇਹ ਬਾਈ ਬੁਜ਼ਰਗਿਆਂ ਦਾ ਖਹਿੜਾ, ਜਿੱਦੇ ਮਾੜਾ ਟਾਈਮ ਆਇਆ ਨਾ ਉਹਨੇ ਸਭ ਤੋਂ ਪਹਿਲਾਂ ਪਿੱਛੇ ਹਟਣਾ। ਨਾਲੇ ਯਾਰ ਹਜੇ ਕਿਹੜਾ ਡੁੱਲੇ ਪੈਰਾਂ ਦਾ ਕੁਛ ਵਿਗੜਿਆ, ਮੁੜਿਆ ਯਾਰ ਵਾਪਸ। ਉਹ ਬਸ ਕਰ ਯਾਰ, ਤੂੰ ਲੱਗ ਜਾ ਵੱਡਾ ਅਫਸਰ, ਜਿੱਦੇ ਵੱਡਾ ਅਫਸਰ ਲੱਗ ਗਿਆ ਨਾ ਸਾਡੇ 'ਚ ਇੱਕ ਅੱਧੇ ਨੂੰ ਚਪੜਾਸੀ ਰੱਖ ਲਈ। ਤੁਹਾਡੀ ਮਰਜ਼ੀ ਬਾਈ, ਮੇਰਾ ਤਾਂ ਫਰਜ਼ ਸੀ ਤੁਹਾਨੂੰ ਸਮਝਾਉਣਾ, ਬਾਕੀ ਜਿਵੇਂ ਤੁਹਾਡਾ ਦਿਲ ਕਰਦਾ ਉਵੇਂ ਕਰੋ। ਠੀਕ ਹੈ, ਮੈਂ ਤਾਂ ਚੱਲਦਾ। ਚੰਗਾ ਬਾਈ, ਫਿਰ ਮਿਲਾਂਗੇ। ਓਕੇ। ਵਿੱਕੀ ਬਾਈ, ਜੇ ਤੇਰਾ ਕਿਤੇ ਕੰਮ ਨਾ ਬਣਿਆ ਸਾਡੇ ਕੋਲ ਆ ਜੀ, ਸਾਡੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਆ। May I come in, sir? Yes, come in. Good morning, sir. Sir, main Vikram Chauhan. Okay. Main graduate hai, sir. Baitho, please. Thank you, sir. Sir, mera naam Vikram Chauhan hai ji. Main government college to graduation kiti hai, sir. Sir, main top kita ji, sports bhi main top kita, sir. Sir, job liya hai, sir, thode kol. Sir, je tusi job de do, sir, main dil la ke kam karunga thode kol. Mera matlab, sir, badi mehnat na kam karunga, sir, main. ਮਾਰਕਸ ਤੁਹਾਡੇ ਬਹੁਤ ਵਧੀਆ ਨੇ। ਥੈਂਕ ਯੂ ਸਰ, ਬਟ ਸੋਰੀ ਅਜੇ ਸਾਡੇ ਕੋਲ ਕੋਈ ਵੈਕੈਂਸੀ ਨਹੀਂ ਹੈ। ਸਰ ਦੇਖ ਲੈਂਦੇ ਜੀ, ਕੋਈ ਵੀ ਛੋਟੀ ਮੋਟੀ ਜੋਬ ਹੁੰਦੀ ਸਰ, ਸੈਲਰੀ ਦੀ ਵੀ ਕੋਈ ਟੈਨਸ਼ਨ ਨਹੀਂ। ਨਹੀਂ ਅਜੇ ਹੈ ਨਹੀਂ ਨਾ ਕੋਈ ਵੈਕੈਂਸੀ ਖਾਲੀ, ਕਿੱਥੋਂ ਜੋਬ ਦੀ ਹੈ? ਸਰ ਦੇਖ ਲੈਂਦੇ ਜੀ, ਮੈਂ ਕੰਪਨੀ ਲਈ ਬਹੁਤ ਮਿਹਨਤ ਨਾਲ ਕੰਮ ਕਰੂੰਗਾ ਸਰ, ਮੈਂ ਅਜੇ ਕੋਈ ਵੈਕੈਂਸੀ ਨਹੀਂ ਹੈ ਨਾ। ਸਰ ਕਦੋਂ ਪਤਾ? ਨਹੀਂ ਜੀ ਸੋਰੀ, ਨੈਕਸਟ ਈਅਰ ਟਰਾਈ ਕਰੋ। ਸਰ ਦੇਖ ਲੈਂਦੇ। ਨਹੀਂ ਜੀ ਸੋਰੀ ਸਰ। ਸਰ ਕਾਰ ਦੇ ਦਿੰਦੇ ਜੀ, ਮੈਂ ਤੁਹਾਨੂੰ ਕਾਲ ਕਰ ਲੂੰਗਾ। ਨਹੀਂ ਜੀ ਤੁਸੀਂ ਨੈਕਸਟ ਈਅਰ ਟਰਾਈ ਕਰੋ, ਕਾਰਡ ਵਾਲੀ ਕੋਈ ਗੱਲ ਨਹੀਂ। ਠੀਕ ਹੈ ਸਰ। ਓਕੇ।
ਬਾਊਜੀ ਚਾਹ ਲਿਓ। ਬਾਊਜੀ 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 ਚਾਹ ਲੈ ਲਓ, ਕਾਂ ਖੋ ਗਏ। ਥੈਂਕ ਯੂ। ਵਿੱਕੀ ਹੈਲੋ। ਓਹੋ ਕਿੱਦਾਂ, ਕੀ ਹਾਲ ਹੈ ਯਾਰ? ਓ ਠੀਕ ਠਾਕ, ਬਾਅਦ ਮਿਲੇ। ਆਜਾ ਬਾਜਾ। ਹੋਰ ਸੁਣਾ ਕੀ ਬਣਦਾ, ਬੜੀ ਦੇਰ ਬਾਅਦ ਮਿਲੇ। ਹਾਂ, ਕਾਲਜ ਤੋਂ ਬਾਅਦ ਆਪਾਂ ਕਾਫੀ ਚਿਰ ਬਾਅਦ ਮਿਲੇ ਹਾਂ। ਬਣਿਆ ਬਾਬੇ ਕੋਈ ਨੌਕਰੀ ਦਾ ਜਗਾੜ ਜਾਂ? ਕਾਹਨੂੰ ਯਾਰ, 6 ਮਹੀਨੇ ਹੋ ਗਏ ਯਾਰ ਦਫ਼ਤਰਾਂ ਦੇ ਧੱਕੇ ਖਾਂਦੇ ਨੂੰ, ਹਾਲੇ ਤਾਂ ਕੋਈ ਗੱਲ ਨਹੀਂ ਬਣੀ। ਪਹਿਲਾਂ ਤਾਂ ਬੇਬੇ ਕੱਪੜੇ ਕੁੱਪੜੇ ਸਿਉਂ ਕੇ ਚਲਾਉਂਦੀ ਰਹੀ ਘਰ ਹੱਥੇ ਹੀ, ਹੁਣ ਤਾਂ ਯਾਰ ਉਹ ਵੀ ਠੀਕ ਨਹੀਂ ਰਹਿੰਦੀ। ਬਾਲੇ ਤੰਗ ਹੋ ਗਏ ਬਾਈ, ਹੁਣ ਤਾਂ ਪੈਸੇ ਕਿੰਨੇ। ਕੰਮ ਚਾਹੀਦਾ ਯਾਰ, ਜਿੱਦਾਂ ਦਾ ਮਰਜ਼ੀ ਹੋਵੇ। ਉਹ ਬਾਬੇ ਯਾਰ ਚੱਕਰੇ ਕੋਈ ਨਹੀਂ, ਜੇ ਆ ਗੱਲ ਹੈ ਤਾਂ ਚੱਲ ਮੇਰੇ ਨਾਲ। ਕਿੱਥੇ? ਬਾਈ ਕੋਲ। ਬਾਈ ਕੋਲ? ਚੰਗੇ ਕੰਮਾਂ ਲਈ ਬਾਹਲਾ ਸੋਚੀਦਾ ਨਹੀਂ ਬਾਬੇ। ਚੱਲ ਫਿਰ ਬਾਈ। ਉਹ ਪੈਸਿਆਂ ਦੀ ਕਿਹੜੀ ਗੱਲ ਕਰਦੇ ਹੋ? ਪੈਸੇ ਜਿੰਨੇ ਮਰਜ਼ੀ, ਟੈਨਸ਼ਨ ਹੀ ਨਾ ਲਓ ਕੋਈ। ਸਮਝ ਲਾ, ਤੇਰੇ ਕੰਮ ਦਾ ਜੁਗਾੜ ਤਾਂ ਹੋ ਗਿਆ। ਥੈਂਕ ਯੂ ਸਰ। ਹੈਪੀ। ਕਿਵੇਂ ਆ ਮੁੰਡਾ? ਮੁੰਡਾ ਤਾਂ ਬਾਹਲੀ ਆਤਾ ਜੀ, ਨਵੀਂ ਉਮਰ ਦਾ ਮੁੰਡਾ, ਨਾਲੇ ਕੁਛ ਖਾਂਦਾ ਪੀਂਦਾ ਵੀ ਨਹੀਂ, ਕੋਈ ਸ਼ੱਕ ਵੀ ਨਹੀਂ ਕਰੂਗਾ। ਇਹੋ ਜਿਹੇ ਮੋਹਰਿਆਂ ਨੂੰ ਹੱਥ 'ਚ ਰੱਖੀਦਾ ਹੁੰਦਾ। ਉਹ ਤਾਂ ਹੀ ਤਾਂ ਤੁਹਾਡੇ ਕੋਲ ਲੈ ਕੇ ਆਉਂਦਾ ਬਾਈ। ਉਹ ਘੋੜਾ ਕਿੱਥੇ ਹੈ ਜੀ? ਘੋੜਾ ਤਬੇਲੇ 'ਚ। ਮੈਂ ਉਹ ਘੋੜੇ ਦੀ ਗੱਲ ਨਹੀਂ ਕਰਦਾ ਜੀ, ਉਹ ਘੋੜਾ ਕੰਜਰ ਦਿਆ, ਤੂੰ ਵੀ ਬਹੁਤੀਆਂ ਕਲੋਲਾਂ ਕਰਨ ਲੱਗ ਗਿਆ। ਸੁੱਖੇ ਬਾਈ ਵਾਂਗੂ ਮਜ਼ਾਕ ਬਹੁਤ ਕਰਦਾ। ਆ ਲੈ ਫੜ, ਕੰਮ ਹੁਸ਼ਿਆਰੀ ਨਾਲ ਕਰਿਓ। ਮਖਾ ਤੁਸੀਂ ਟੈਨਸ਼ਨ ਨਾ ਲਓ ਬਾਈ, ਅੱਗੇ ਕਦੇ ਲਾਂਭਾ ਆਉਣ ਦਿੱਤਾ? ਕੰਮ ਇਸ ਮੁੰਡੇ ਤੋਂ ਕਰਾਈ। ਠੀਕ ਹੈ ਬਾਈ, ਠੀਕ ਹੈ ਜੀ। ਲੈ ਬਈ, ਤੇਰੇ ਵਾਲਾ ਕੰਮ ਤਾਂ ਹੋ ਗਿਆ। ਮਿਹਰਬਾਨੀ ਯਾਰ ਤੇਰੀ, ਬੜੇ ਟਾਈਮ ਤੇ ਹੈਲਪ ਕੀਤੀ। ਉਹ ਚੱਕਰੇ ਕੋਈ ਨੀ। ਆ ਚੱਕੋ ਮੁੰਡਿਓ। ਆ ਕਾਹਲੀ ਬਾਈ ਜੀ? ਖਰਚਾ ਪਾਣੀ ਐਸ਼ਾ ਨਹੀਂ ਕਰਨੀ ਆ, ਹੋਰ ਚਾਹੀਦੇ ਹੋਰ ਮਿਲ ਜਾਣਗੇ। ਇਹ ਕੌਣ ਆ ਬਾਈ ਜੀ? ਇਹੀ ਤਾਂ ਹੈ ਮੇਰੇ ਗਲੇ ਦੀ ਹੱਡੀ,
ਬਹੁਤ ਰੜਕਦੀ ਆ, ਕੱਢਣੀ ਆ। ਉਹ ਤੁਸੀਂ ਟੈਨਸ਼ਨ ਨਾ ਲਓ ਬਾਈ ਜੀ, ਤੁਸੀਂ ਕਹਿਤਾ ਕੰਮ ਹੋ ਗਿਆ। ਚਲੋ ਵਿੱਕੀ। ਸਤਿ ਸ਼੍ਰੀ ਅਕਾਲ ਬਾਈ ਜੀ। Thank you.
ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ, ਬੰਦੇ ਦਾ ਲਿਆ ਗਲਤ ਫੈਸਲਾ ਉਹਦੀ ਜ਼ਿੰਦਗੀ ਤਬਾਹ ਕਰ ਦਿੰਦਾ। ਮੈਂ ਤੈਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਬਾਈ ਅਰਗਿਆਂ ਦਾ ਸਾਥ ਛੱਡ ਦੇ। ਅੱਜ ਤੇਰਾ ਇਨਕਾਊਂਟਰ ਕਰਾਉਣ 'ਚ ਤੇਰੇ ਉਸ ਬਾਈ ਦਾ ਹੀ ਹੱਥ ਆ। ਬਾਈ, ਮੈਨੂੰ ਇੱਕ ਵਾਰੀ ਮਾਫ਼ ਕਰ ਦੇ, ਜੋ ਤੂੰ ਕਹੇਗਾ ਮੈਂ ਕਰੂੰਗਾ। ਡਰਨਾ, ਮਾਰਦਾ ਨਹੀਂ ਮੈਂ ਤੈਨੂੰ, ਪਰ ਇੱਕ ਸ਼ਰਤ 'ਤੇ ਮੈਂ ਤੇਰੀ ਮਦਦ ਕਰ ਸਕਦਾ, ਜੇ ਤੂੰ ਕਾਨੂੰਨ ਦਾ ਸਾਥ ਦੇਵੇਂ, ਸਰਕਾਰੀ ਗਵਾਹ ਬਣੇ, ਤਾਂ ਜੋ ਤੇਰੇ ਬਾਈ ਅਰਗਿਆਂ ਨੂੰ ਨਾ ਨੱਥ ਪਾਈ ਜਾ ਸਕੇ। ਹੁਣ ਡਿਸੀਜ਼ਨ ਤੇਰੇ ਹੱਥ 'ਚ ਆ। ਚਲੋ